सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन। छापेमारी करने का मामला सामने आया है। जानकारी अनुसार सीबीआई के अधिकारियों ने एक छापेमारी जलंधर के रेलवे पावर हाउस के नाल फिरोजपुर अमृतसर और होर थां रह रहे अधिकारियों की कार्रवाई की है। इस छापेमारी दौरान सीबीआई ने कुछ मिलिया है जो नहीं। इस बारे जानकारी इकट्ठी की जा रही है। दस दिए कि साल 2016 फिरोजपुर रेल मंडल एक टेंडर पास होया सी जिस च सीबीआई नूं कबला होण दी सूचना मिली सी। इस मामले दी जांच करन दे लई अधिकारियों वल्लों इह छापेमारी कीती गई। ਇਹਨੇ ਤੇ ਸੇਕੋਮ ਦੀਆਂ ਧੱਜੀਆਂ ਡਾ ਦਿੱਤੀਆਂ ਨੇ। ਜਦੋਂ ਆਪਣੀ ਉਮਰ ਵੱਲ ਝਾਤੀ ਮਾਰੇ, ਦਾੜੇ ਵੱਲ ਝਾਤੀ ਮਾਰੇ, ਸ਼੍ਰੋਮਣੀ ਕਮੇਟੀ ਦਾ ਮੈਂਬਰ ਸੀ ਇਹ। ਅਸੀਂ ਸਾਰੇ ਸਮੁੱਚੇ ਸਾਧ ਸੰਗਤ ਵੱਲੋਂ ਬੇਨਤੀ ਕਰਦੇ ਹਾਂ ਸਿੰਘ ਸਾਹਿਬ ਜੀ ਨੂੰ ਕਿ ਇਹ ਜਿਹੜਾ ਗੰਦ ਆ ਇਹਨੂੰ ਢੱਕਿਆ ਰਹਿਣ ਦਿਓ। ਅਸ਼ਲੀਲ ਵੀਡੀਓ ਮਾਮਲੇ 'ਚ ਪੰਥ 'ਚੋਂ ਛੇਕੇ ਗਏ ਸੁੱਚਾ ਸਿੰਘ ਲੰਗਾ ਨੂੰ ਮੁੜ ਸਿੱਖ ਕੌਮ 'ਚ ਵਾਪਸ ਲੈਣ ਦੇ ਮੁੱਦੇ ਤੇ ਵਿਵਾਦ ਪੈਦਾ ਹੋ ਗਿਆ। ਲੰਗਾ ਦੇ ਮਾਮਲੇ 'ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਖਿਲਾਫ ਪੰਜਾਬ ਦੇ ਸਿੱਖ ਇਕਜੁੱਟ ਹੋ ਗਏ ਨੇ। ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਪਹੁੰਚੇ ਸਿੱਖਾਂ ਨੇ ਹੱਥਾਂ 'ਚ ਲੰਗਾ ਵਿਰੋਧੀ ਤਖ਼ਤੀਆਂ ਫੜ ਕੇ ਕਾਲੇ ਛੋਲੇ ਪਾ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਲੰਗਾ ਨੂੰ ਕਿਸੇ ਕੀਮਤ ਤੇ ਪੰਜ 'ਚ ਵਾਪਸ ਨਾ ਲਿਆਂਦਾ ਜਾਵੇ। ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਜਸਪਾਲ ਸਿੰਘ ਨੇ ਮੰਗ ਪੱਤਰ ਲੈਂਦੇ ਹੋਏ ਸਿੱਖ ਸਾਹਿਬ ਵੱਲੋਂ ਇਸ ਤੇ ਵਿਚਾਰ ਕੀਤੇ ਜਾਣ ਦੀ ਗੱਲ ਕਹੀ। ਅਸੀਂ ਸਾਰੇ ਸਮੁੱਚੇ ਸਾਧ ਸੰਗਤ ਵੱਲੋਂ ਬੇਨਤੀ ਕਰਦੇ ਹਾਂ ਸਿੰਘ ਸਾਹਿਬ ਜੀ ਨੂੰ ਕਿ ਇਹ ਜਿਹੜਾ ਗੰਦ ਆ ਇਹਨੂੰ ਢੱਕਿਆ ਰਹਿਣ ਦਿਓ ਅਤੇ ਸਿੱਖ ਕੌਮ ਨੂੰ ਜੋ ਸਾਡਾ ਵਿਸ਼ਵਾਸ ਬਣਿਆ ਅਕਾਲ ਤਖ਼ਤ ਸਾਹਿਬ 'ਤੇ ਅਤੇ ਸਿੰਘ ਸਾਹਿਬ ਦੇ ਉੱਪਰ ਉਸ ਨੂੰ ਠੇਸ ਨਾ ਪਹੁੰਚਾਈ ਜਾਵੇ। ਜਿੱਥੇ ਕਿ ਹੋ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ, ਲਾਏ ਦੇ ਹੁਕਮਨਾਮਾ ਅਨੁਸਾਰ ਸਾਰੀ ਸਿੱਖ ਕੌਮ ਨੂੰ ਇੱਕ ਕਰਨਾ ਸੀ, ਉਸ ਨੂੰ ਖੰਡਿਤ ਨਾ ਕੀਤਾ ਜਾਵੇ ਜਿਵੇਂ ਕਿ ਅਸੀਂ ਜਥੇਬੰਦੀਆਂ ਦੇ ਵਿੱਚ ਵੰਡੇ ਹੋਏ ਹਾਂ, ਧੜਿਆਂ ਦੇ ਵਿੱਚ ਵੰਡੇ ਹੋਏ ਕਰਨ ਦੇ ਵਿਚਾਰ ਨਹੀਂ ਕੀਤਾ ਜਾਣਾ ਚਾਹੀਦਾ। ਸਾਡੀ ਇਹੋ ਹੀ ਬੇਨਤੀ ਹੈ ਕਿ ਜਿਵੇਂ ਧੀਰ ਮੱਲੀਏ, ਰਾਮ ਰਾਈਏ ਅਤੇ ਸੌਦਾ ਸਾਧ ਨੂੰ ਪੰਥ ਦੇ ਵਿੱਚੋਂ ਬਾਹਰ ਰੱਖਿਆ ਗਿਆ, ਉਸੇ ਦੇ ਆਧਾਰ 'ਤੇ ਮਨਜਾਨਤ ਸਾਹਿਬ ਬਾਤ ਜਾਣਤ ਹੀ ਔਗਣ ਕਰੇ। ਸੁੱਚਾ ਸਿੰਘ ਲੰਗਾਹ ਨੇ ਇੰਨੇ ਅਹੁਦਿਆਂ ਦੇ ਉੱਤੇ ਹੋ ਕੇ ਜਾਣ ਬੁੱਝ ਕੇ ਅੰਮ੍ਰਿਤ ਭੰਗ ਕੀਤਾ, ਜਾਣ ਬੁੱਝ ਕੇ ਬਲਾਤਕਾਰ ਕੀਤਾ, ਇਹੋ ਜਿਹੀ ਘਿਨਾਉਣੀ ਹਰਕਤ ਤਾਂ ਕਿ ਕੱਲ੍ਹ ਨੂੰ ਕੋਈ ਹੋਰ ਵੀ ਨਾ ਕਰੇ। ਇਸ ਵਾਸਤੇ ਇੱਕ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ, ਉਹਨਾਂ ਨੂੰ ਪੰਥ ਦੇ ਵਿੱਚੋਂ ਬਾਹਰ ਰੱਖਿਆ ਜਾਣਾ ਚਾਹੀਦਾ ਤਾਂ ਕਿ ਪੰਥ ਚੜ੍ਹਦੀ ਕਲਾ ਦੇ ਵਿੱਚ ਰਹੇ। ਇੱਕ ਸ਼੍ਰੋਮਣੀ ਕਮੇਟੀ ਮੈਂਬਰ ਜਿਹੜਾ ਹੈਗਾ ਲੰਗਾਹ ਦੀ ਸਪੋਰਟ ਕਰ ਰਿਹਾ? ਇੱਕ ਨਹੀਂ ਜੀ, ਦੋ ਕਰ ਰਹੇ ਨੇ। ਇੱਕ ਤਾਂ ਰਤਨ ਸਿੰਘ ਜਫਰਵਾਲ ਹੈ, ਗੁਰਿੰਦਰ ਸਿੰਘ ਗੋਰਾ ਆ, ਤੇ ਇਹੋ ਜਿਹੀਆਂ ਕਾਲੀਆਂ ਭੇਡਾਂ SGPC ਦੇ ਵਿੱਚ ਹੋਰ ਵੀ ਕਈ ਹੋ ਸਕਦੀਆਂ ਨੇ। ਸਿੰਘ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਵੀ ਚੁਣਿਆ ਜਾਵੇ, ਉਹਨਾਂ ਦਾ ਕਿਰਦਾਰ ਵੀ ਵੇਖਿਆ ਜਾਵੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਪੰਥ ਦੇ ਵਿੱਚ ਕ੍ਰਿਤੀ ਆਏ ਸੀ ਤੇ ਮਸੰਦਾਂ ਨੂੰ ਤੇ ਬਲ ਦੇ ਤੇਲ 'ਚ ਪਾ ਕੇ ਸਾੜਿਆ ਸੀ। ਅਸੀਂ ਉਹ ਤਾਂ ਕੰਮ ਨਹੀਂ ਕਰ ਸਕਦੇ, ਪਰ ਉਹਨਾਂ ਤੋਂ ਉਹਨਾਂ ਨੂੰ ਉਹਨਾਂ ਦਾ ਜੋ ਕਿਰਦਾਰ ਆ, ਜੋ ਆਚਰਣ ਆ, ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਸੱਚ ਦੇ ਉੱਤੇ ਜੇਕਰ ਕੋਈ ਚੀਜ਼ ਆ ਤਾਂ ਨੇਕ ਆਚਰਣ ਜਿਹਦੇ ਉੱਤੇ ਸਿੱਖੀ ਟਿੱਕੀ ਆ। ਪਰ ਇਸਤਰੀ ਭੋਗ ਚਾਰਾਂ ਗ੍ਰਹਿਤਾਂ ਦੇ ਵਿੱਚ ਆਉਂਦਾ ਹੈ। ਇੱਕ ਗ੍ਰਹਿਤ ਜਿਹੜੇ ਬੰਦੇ ਨੇ ਬੱਜਰ ਗ੍ਰਹਿਤ ਕੀਤੀ ਹੈ, ਜਿਹਨੇ ਧਰਮ ਦਾ ਪ੍ਰਚਾਰ ਕਰਨਾ ਸੀ, ਉਸ ਦੇ ਉੱਤੇ ਤੁਸੀਂ ਵਿਚਾਰ ਸਾਰੀ ਸਿੱਖ ਕੌਮ ਨੂੰ ਛੱਡ ਕੇ ਇੱਕ ਬਲਾਤਕਾਰੀ ਦੇ ਉੱਪਰ ਵਿਚਾਰ ਕਰਨ ਵਾਸਤੇ ਤੁਸੀਂ ਆਲ ਓਵਰ ਵਰਲਡ ਦੇ ਸੰਸਾਰ ਦੇ ਸਿੱਖਾਂ ਨੂੰ ਸ਼ਰਮਸ਼ਾਰ ਕਰ ਰਹੇ ਜੇ। ਆਪਾਂ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਕਿ ਵਾਹਿਗੁਰੂ ਕਿਰਪਾ ਕਰਨਾ, ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ, ਅਤੇ ਉਹਨਾਂ ਦਾ ਵੀ ਉਹ ਵੀ ਇਹੋ ਜਿਹਾ ਹਮਲਾ ਮਾਰਨ ਕਿ ਇਹੋ ਜਿਹੇ ਮੁੱਦਿਆਂ ਦੇ ਉੱਤੇ ਵਿਚਾਰ ਨਾ ਕੀਤੀ ਜਾਵੇ। ਇਹ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੁਝ ਸਜ਼ਾ ਯਾਫਤਾ ਸਿੱਖਾਂ ਨੂੰ ਮਾਫ਼ੀ ਦੇਣ ਦੀ ਗੱਲ ਕਹੀ ਗਈ ਸੀ, ਜਿਸ ਤੋਂ ਬਾਅਦ ਅਸ਼ਲੀਲ ਵੀਡੀਓ ਸਾਹਮਣੇ 'ਚ ਫਸੇ ਸੁੱਚਾ ਲੰਗਾਹ ਤੇ ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਚੱਡਾ ਨੇ ਮਾਫ਼ੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਤੀ ਦਰਖਾਸਤ ਕੀਤੀ ਸੀ।
ਅੰਮ੍ਰਿਤਸਰ ਦੇ ਜੰਡਿਆਲਾ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਦੇ ਦਾਅਵਿਆਂ ਉੱਤੇ ਸਵਾਲ ਚੁੱਕ ਰਿਹਾ ਹੈ। ਵੀਡੀਓ ਵਿੱਚ ਇੱਕ ਦਸਤਾਰਧਾਰੀ ਨੌਜਵਾਨ ਨਾਲੇ ਵਿੱਚ ਡਿੱਗਿਆ ਪਿਆ ਹੈ ਤੇ ਲੋਕ ਰੱਸੀਆਂ ਪਾ ਕੇ ਉਸਨੂੰ ਬਾਹਰ ਖਿੱਚ ਰਹੇ ਨੇ। ਲੋਕਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੇ ਰੂੜੋ ਵੱਧ ਨਸ਼ਾ ਕੀਤਾ ਹੋਇਆ ਸੀ ਜਿਸ ਕਾਰਨ ਉਹ ਨਾਲੇ ਵਿੱਚ ਡਿੱਗ ਪਿਆ। ਲੋਕਾਂ ਨੇ ਰੱਸੀ ਨਾਲ ਖਿੱਚ ਕੇ ਇਸ ਨੌਜਵਾਨ ਨੂੰ ਬਾਹਰ ਕੱਢਿਆ। ਪਾਤੜਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਨਕਲੀ ਕਰੰਸੀ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਹਨਾਂ ਦਾ ਚੌਥਾ ਸਾਥੀ ਜੋ ਇਹਨਾਂ ਦਾ ਰਿਸ਼ਤੇਦਾਰ ਵੀ ਹੈ, ਇਹਨਾਂ ਨੂੰ ਨਕਲੀ ਕਰੰਸੀ ਬਣਾ ਕੇ ਦਿੰਦਾ ਸੀ। ਉਹ ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਦਾ ਰਹਿਣ ਵਾਲਾ ਹੈ। ਉਸ ਵਿਰੁੱਧ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਨੇ ਮੰਨਿਆ ਕਿ ਉਹਨਾਂ ਨੇ 10,000 ਦੇ ਕਰੀਬ ਜਾਲੀ ਨੋਟ ਬਾਜ਼ਾਰ ਵਿੱਚ ਚਲਾਏ ਨੇ। ਸ਼ਮਸ਼ੇਰ ਸਿੰਘ ਕੈਂਥਲ ਤੋਂ ਲੈ ਕੇ ਆਏ ਸੀ। ਕੈਂਥਲ ਤੋਂ ਲੈ ਕੇ ਆਏ ਸੀ, ਕੋਈ ਰਿਸ਼ਤੇਦਾਰ ਸੀ ਮੇਰਾ ਚਾਚਾ ਜੀ, ਪਰ ਤਾਂ ਕਦੇ ਗਏ ਨਹੀਂ ਹੋਏ। ਉਹਨਾਂ ਨੇ ਨੰਬਰ ਲਿਆ ਸੀ ਕਿਤੇ ਮੇਰੇ ਤੋਂ, ਮੇਰਾ ਨੰਬਰ ਲੈ ਕੇ ਮੈਨੂੰ ਫੋਨ ਕਰਿਆ ਸੀ, ਕਹਿੰਦਾ ਇਵੇਂ ਗੱਲਬਾਤ ਆ। ਤੇ ਕੀ ਨਾਮ ਹੈ ਰਿਸ਼ਤੇਦਾਰ ਦਾ? ਰਾਜਵੀਰ ਜੀ। ਉਹ ਕਿੱਥੇ ਰਹਿੰਦੇ? ਉੱਥੇ ਰਹਿੰਦੇ ਨੇ ਪਾਣੀਪਤ ਜੀ। ਤੁਸੀਂ ਕੈਂਥਲ ਦੱਸ ਰਹੇ? ਕੈਂਥਲ ਆਇਆ ਸੀ ਜੀ। ਅੱਛਾ, ਕੈਂਥਲ ਆ। ਹਾਂਜੀ। ਕਿੰਨੇ ਨੋਟ ਦੇ ਗਏ ਤੈਨੂੰ? 8,000 ਜੀ। ਹਾਂਜੀ। ਦਸਲਾ ਤੇ? ਹਾਂ, ਦਿੱਤੇ ਸੀ ਇਹਨਾਂ ਨੂੰ, ਕਿਸੇ ਨੂੰ ਮੰਗਾਏ ਸੀ ਇਹਨਾਂ ਨੇ। ਤੇਰੇ ਨਾਲ ਕਿਹੜੇ ਕਿਹੜੇ ਮੁੰਡੇ ਆ? ਸੰਦੀਪ, ਦੋਵੇਂ ਸੰਦੀਪ ਆ ਜੀ। ਗਲਤੀ ਹੋ ਗਈ ਸਾਡੇ ਤੋਂ ਪਾਸ ਪਤਾ ਨਹੀਂ ਕਿਵੇਂ ਹੋ ਗਿਆ ਬਸ ਸਾਨੂੰ ਕੰਮ ਕਰਦੇ ਹਾਂ ਇਸ ਤਾਂ ਵਧੀਆ ਜੀ ਉਲਰਾਂ ਦਾ ਕੰਮ ਕਰਦੇ ਹਾਂ ਜੀ ਇਹ ਤਾਂ ਗਲਤੀ ਨਾਲ ਹੋ ਗਿਆ ਜੀ ਸਾਨੂੰ ਪਤਾ ਨਹੀਂ ਕਿਵੇਂ ਹੋ ਗਿਆ ਪਹਿਲੀ ਵਾਰ ਗਲਤੀ ਹੋਈ ਸਾਨੂੰ ਮਾਫ਼
ਸਾਡੀ ਗੁਜਰਾਂ ਮੌਜੂਦ ਸੀ ਉੱਥੇ ਮੇਰੇ ਕੋਲ ਮੁਖਬਰ ਖਾਸ ਨੇ ਇਤਲਾਹ ਦਿੱਤੀ ਵੀ ਇਹ ਦੋਸ਼ੀ ਜਿਹੜੇ ਸ਼ਮਸ਼ੇਰ ਸਿੰਘ ਉਰਫ ਬੱਬੂ ਪੁੱਤਰ ਰਾਮਦਾਸ ਸੰਦੀਪ ਕੁਮਾਰ ਪੁੱਤਰ ਸੁਖਦੇਵ ਕੁਮਾਰ ਉਰਫ ਸੁੱਖੂ ਅਤੇ ਸੰਦੀਪ ਕੁਮਾਰ ਪੁੱਤਰ ਪੱਪੂ ਰਾਮ ਪਿੰਡ ਗੁਲਾੜ ਦੇ ਰਹਿਣ ਵਾਲੇ ਇਹ ਜਾਲੀ ਕਰੰਸੀ ਦਾ ਕੰਮ ਕਰਦੇ ਨੇ ਇਹਨਾਂ ਦੇ ਨਾਲ ਇੱਕ ਰਾਜਵੀਰ ਪੁੱਤਰ ਪ੍ਰਕਾਸ਼ ਉਰਫ ਸਰਦਾਰ ਵਾਸੀ ਪਿੰਡ ਸਿੰਘਪੁਰਾ ਤਹਿਸੀਲ ਅਤੇ ਜ਼ਿਲ੍ਹਾ ਪਾਣੀਪਤ ਉਹ ਇਹਨਾਂ ਦੇ ਇਹ ਉਹਦੇ ਕੋਲੋਂ ਪੈਸੇ ਲੈ ਕੇ ਆਏ ਸੀ ਜਾਲੀ ਕਰੰਸੀ ਅਤੇ ਅੱਗੇ ਮਤਲਬ ਵੀ ਇਹ ਹੁਣ ਆਪਣੇ ਵੇਚ ਅੱਜ ਤੇਲ ਪਵਾਇਆ ਇਹਨਾਂ ਨੇ ਜਿਹੜਾ ਪੈਟਰੋਲ ਪੰਪ ਹੈ ਤਰਨ ਪੈਟਰੋਲ ਪੰਪ ਢਾਬੀ ਗੁਜਰਾਂ ਅਤੇ ਉੱਥੋਂ ਮਤਲਬ ਵੀ 100 ਰੁਪਏ ਦਾ ਇਹਨਾਂ ਤੇਲ ਪਵਾਇਆ ਅਤੇ ਹੋਰ ਵੀ ਇਹਨਾਂ ਕੋਲ ਪੈਸੇ ਨੇ ਜੇਕਰ ਹੁਣ ਇਹ ਨਾਕਾਬੰਦੀ ਕੀਤੀ ਜਾਵੇ ਤਾਂ ਬੱਸ ਅੱਡੇ ਢਾਬੀ ਗੁਜਰਾਂ 'ਤੇ ਅਤੇ ਇਹਨਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਜਾ ਸਕਦਾ। ਪੁਲਿਸ ਦੇ ਅਧਿਕਾਰੀ ਦਰਬਾਰਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਗੁਪਤ ਸੂਚਨਾ ਦੇ ਆਧਾਰ 3 ਨੂੰ ਪੈਟਰੋਲ ਪੰਪ ਤੋਂ ਗ੍ਰਿਫਤਾਰ ਕੀਤਾ ਹੈ। ਪੈਟਰੋਲ ਪੰਪ ਤੋਂ ਨਕਲੀ ਨੋਟ ਵੀ ਬਰਾਮਦ ਕੀਤੇ। ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ 3 ਦੋਸ਼ੀਆਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਇਹ 3 ਪਾਤੜਾਂ ਦੇ ਪਿੰਡ ਕੁਲਰ ਦੇ ਵਾਸੀ ਹਨ। ਕੈਬਨਿਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸ਼ੁੱਕਰਵਾਰ ਨੂੰ ਮੁੱਲਾਪੁਰ ਦਾਖਲਾ ਥਾਣੇ ਅੰਦਰ ਤਾਵਾ ਬੋਲ ਦਿੱਤਾ। ਅਕਾਲੀ ਦਲ ਦੇ ਵਰਕਰਾਂ ਵਿਚਕਾਰ ਜ਼ਿਮਨੀ ਚੋਣਾਂ ਦੌਰਾਨ ਉਹਨਾਂ ਨਾਲ ਧੱਕੇਸ਼ਾਹੀ ਕੀਤੇ ਜਾਣ ਖਿਲਾਫ ਗੁੱਸਾ ਹੈ, ਜਿਸ ਕਾਰਨ ਮਜੀਠੀਆ ਸਮੇਤ ਅਕਾਲੀ ਵਰਕਰ ਥਾਣੇ ਅੰਦਰ ਗਏ ਅਤੇ ਐਸਐਸਪੀ ਨੂੰ ਚੇਤਾਵਨੀ ਦਿੱਤੀ। ਮਜੀਠੀਆ ਨੇ ਕਿਹਾ ਕਿ ਜ਼ਿਮਨੀ ਚੋਣ ਦੌਰਾਨ ਪੁਲਿਸ ਵੱਲੋਂ ਅਕਾਲੀ ਵਰਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕਾਂਗਰਸ ਦੀ ਹਿਮਾਇਤ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਕਿਸਮ ਦੀ ਧੱਕੇਸ਼ਾਹੀ ਨੂੰ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਪਸ਼ਟ ਗੱਲ ਹੈ ਜੀ, ਅੱਜ ਚੀਮਾ ਸਾਹਿਬ ਜਿਹੜੇ ਸਾਬਕਾ ਮਿਨਿਸਟਰ ਨੇ, ਪਾਰਟੀ ਦੇ ਸੀਨੀਅਰ ਫੰਕਸ਼ਨਰੀ ਨੇ, ਸਾਡੇ ਅਟਵਾਲ ਸਾਹਿਬ ਜਿਹੜੇ ਲੋਕ ਸਭਾ ਦੇ ਸਪੀਕਰ ਰਹੇ ਆ, ਸਾਬਕਾ ਸਤਿਕਾਰਯੋਗ ਗਰੇਵਾਲ ਸਾਹਿਬ, ਅਸੀਂ ਇਹ ਦਫ਼ਤਰ 'ਚ ਬੈਠੇ ਸੀ। ਰੋਜ਼ ਉੱਥੇ ਕਿਸੇ ਦੀ ਸਾਡੀ ਧੀ ਭੈਣ ਮਾਂ ਉੱਥੇ ਪਹੁੰਚਦੀ ਹੈ, ਲੇਡੀ ਸੰਪਰਕ ਕਰਦੀ ਹੈ ਜੀ ਕਿ ਮੇਰੇ ਘਰ ਵਾਲੇ ਮਗਰ ਪੁਲਿਸ ਲੱਗੀ ਫਿਰਦੀ ਹੈ। ਐਸਐਸਪੀ ਸਾਹਿਬ ਨੂੰ ਪੁੱਛੋ, ਥਾਣੇ ਨੂੰ ਪੁੱਛੋ, ਕਹਿੰਦੇ ਜੀ ਅਸੀਂ ਤਾਂ ਭੇਜੀ ਕੋਈ ਨਹੀਂ ਜੀ। ਮਤਲਬ ਇਹ ਹਾਲਾਤ ਬਣਾ ਤੇ ਕਿ ਇਹਨਾਂ ਨੂੰ ਪਿਛਲੇ ਅਸੀਂ ਲਿਸਟ ਕੱਢ ਕੇ ਲਿਆਏ, 50 ਪਿੰਡਾਂ 'ਚ ਕੋਈ 7-8 ਜ਼ਿਲ੍ਹੇ ਦੀ ਪੁਲਿਸ ਲਾਤੀ ਆ। ਇੱਕ ਤਾਂ ਇਆਲੀ ਸਾਹਿਬ ਨੇ ਆਪ ਹੀ ਕੱਲ੍ਹ ਲਾਈਵ ਹੋ ਕੇ ਸਵੇਰੇ ਸਿਵਲ ਵਰਦੀਆਂ 'ਚ AK-47 ਲੈ ਕੇ ਅਗਲਿਆਂ ਦੇ ਘਰਾਂ ਦੀਆਂ ਕੰਧਾਂ ਟੱਪ ਟੱਪ ਕੇ, ਔਰ ਜੇ ਕੋਈ ਵਰਕਰ ਨਾ ਲੱਭੇ ਫਿਰ ਗੰਦੀਆਂ ਗੰਦੀਆਂ ਗਾਲਾਂ ਸਾਡੀਆਂ ਧੀਆਂ ਭੈਣਾਂ ਨੂੰ ਕੱਢਣੀਆਂ, ਔਰ ਉਹਨੂੰ ਕਹਿਣਾ ਕਿ ਸ਼ਾਮ ਤੱਕ ਮੁੰਡਾ ਪੇਸ਼ ਕਰਾ ਦੀ, ਨਹੀਂ ਤਾਂ ਕਿਸੇ ਪਰਚੇ 'ਚ ਫਾਜੂ ਫਿਰ ਸਾਨੂੰ ਨਾ ਆਖੀ। ਇਹ ਜਿਹਾ ਹਾਲਾਤ ਬਣਾ ਤੇ 12 ਤਰੀਕ ਤੋਂ ਲੈ ਕੇ ਅੱਜ 17 ਤਰੀਕ ਤੱਕ, 18 ਹੀ ਲਾ ਲਓ, 18 ਤਰੀਕ ਤੱਕ ਇੱਕ ਤਰਫੇ ਪਰਚੇ। ਮੈਂ SSP ਸਾਹਿਬ ਨੂੰ, ਅਸੀਂ ਸਾਰਿਆਂ ਨੇ ਅੰਦਰ ਪੁੱਛਿਆ ਕਿ ਇਹ ਕਿਵੇਂ ਹੋ ਸਕਦਾ ਹੈ।
कि जिन्निया कार्रवाइयां हो रही श्रोमणी अकाली दल के बंदे ती हो रही और किसी की गलती कोई नहीं। पेश नहीं हो रहा, देखो आ 12-15 केस तो असं अंदर लैके गए हैं जेड़े किसी नूं एक बंदा जेड़ा स्कूल च इनाम वंडदा सौली पिंड दा साहिब नसीब बंदा 65-60 साल उन्हां दी उम्र होनी उन्हां ते लाता जी कि उन्होंने एक मोबाइल चोरी किया भइए तो मोबाइल चोरी किया मतलब जिन्ने परचे तुसी वेख लो जा मोबाइल चोरी दे जा पोस्टर पाड़न दे हुण कहिंदे जी एक शिंगारा सिंह एस एच ओ असी इक दे बारे दस रहे सी ਉਹਦੇ ਬਾਰੇ ਸਵੇਰੇ ਵੀ ਉਹਨੇ ਰੇਡ ਕੀਤਾ ਇਹ ਮਗਰ ਚਲੇ ਗਏ ਉੱਥੋਂ ਚਲੇ ਗਿਆ ਪਿੱਛੇ ਗਿਆ ਰਾਹ ਜਾਂਦੇ ਨੂੰ ਕਹਿੰਦੇ ਜੀ ਅੱਗ ਲੱਗੀ ਸੀ ਖੇਤਾਂ ਨੂੰ ਤਾਂ ਮੈਂ ਫੜ ਲਿਆ ਹੁਣ ਅੱਗ ਇਕੱਲੀ ਖੇਤਾਂ ਨੂੰ ਸਾਡੇ ਵਰਕਰ ਦਿਸ ਰਹੇ ਆ ਇਹ ਵਨ ਸਾਈਡਡ ਕਾਰਵਾਈ ਦੇਖੋ ਮੇਨ ਮੁੱਕਦੀ ਗੱਲ ਹੈ ਕਿ ਕਾਂਗਰਸ ਚਾਹੁੰਦੀ ਨਹੀਂ ਕਿ ਅਯਾਲੀ ਸਾਹਿਬ ਚੋਣ ਲੜਨ ਔਰ ਅਸੀਂ ਇਹ ਮਨ ਬਣਾ ਲਿਆ ਇਹਨਾਂ ਦੇ ਅੱਜ 11 ਪਿੰਡਾਂ ਦੇ ਪ੍ਰੋਗਰਾਮ ਇਹਨਾਂ ਨੇ ਛੱਡ ਤੇ ਆ ਸਾਰਾ ਟੱਬਰ ਤਿੰਨੇ ਭਰਾ ਹੋਣ ਆਏ ਆ एसएसपी साहब ਨੂੰ ਕਿਹਾ ਕਿ ਜੇ ਇਹ ਧੱਕੇਸ਼ਾਹੀ ਲੋਕਤੰਤਰ ਦਾ ਕਾਨ ਫਰੀ ਐਂਡ ਫੇਅਰ ਵੋਟ ਪਾਉਣ ਦਾ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤਾ ਜੇ ਇਹਦੇ 'ਚ ਲੋਕਾਂ ਨੂੰ ਫਰੀ ਐਂਡ ਫੇਅਰ ਵੋਟ ਨਹੀਂ ਪਾਉਣ ਦਿੱਤੀ ਜਾਊਗੀ ਤੁਸੀਂ ਵਰਕਰ ਨੂੰ ਤੰਗ ਪਰੇਸ਼ਾਨ ਕਰਨਾ ਛੱਡੋ ਅਸੀਂ ਆ ਜਾਂਦੇ ਤੁਸੀਂ ਅਰੈਸਟ ਕਰੋ ਕੈਂਡੀਡੇਟ ਨੂੰ ਇਹਦੇ ਸਾਰੇ ਟੱਬਰ ਨੂੰ ਇਹਦੀਆਂ ਵਾਈਫਸ ਨੂੰ ਇਹਦੀਆਂ ਭੈਣਾਂ ਨੂੰ ਬੱਚਿਆਂ ਨੂੰ ਉੱਤੇ ਸੁਨੇਹਾ ਲਾ ਦਿਓ ਕਿ ਅਸੀਂ ਕੈਂਡੀਡੇਟ ਫੜ ਲਿਆ ਹੁਣ ਵੋਟਾਂ ਪਵਾ ਲਓ ਜਿਵੇਂ ਮਰਜ਼ੀ ਪਾਉਣੀਆਂ ਮਗਰ ਇੱਕ ਮਿੰਟ ਵਰਕਰ ਨੂੰ ਸਾਡੇ ਨੂੰ ਉਹਦੀ ਵਿਚਾਰੇ ਦੀ ਕੋਈ ਗਲਤੀ ਨਹੀਂ ਉਹ ਇਸ ਤਾਨਾਸ਼ਾਹੀ ਗੱਦਾਫੀ ਦੀ ਸਰਕਾਰ ਦੇ ਉਲਟ ਸਦਾਮ ਹੁਸੈਨ ਦੀ ਤਾਨਾਸ਼ਾਹੀ ਰਵੱਈਏ ਦੇ ਉਲਟ ਅੱਜ ਖਲੋਤਾ ਹੈ ਉਹਦਾ ਹੱਕ ਹੈ ਕਿ ਉਹ ਜਿਹਨੂੰ ਮਰਜ਼ੀ ਵੋਟ ਪਾਵੇ ਇਹ ਐਸਐਸਪੀ ਸਾਹਿਬ ਕਹਿੰਦੇ ਮੈਨੂੰ ਸੁਣਦਾ ਨਹੀਂ ਐਮਐਲਏ ਕਪਾੜਾ ਇਹਨਾਂ ਦਾ ਕਹਿੰਦਾ ਮੈਂ ਅੱਖ ਕੱਢ ਦੂੰ ਇਹ ਨਹੀਂ ਇਹਨਾਂ ਨੂੰ ਗੱਲ ਸੁਣੀ ਇਹਨਾਂ ਦਾ ਇੱਕ ਹੋਰ ਐਮਐਲਏ ਉਹ ਕਹਿੰਦਾ ਜੀ ਮੈਂ ਟਰੈਕਟਰ ਮਗਰ ਧੂ ਲੂੰ ਆਸ਼ੂ ਦੇ ਸਾਹਮਣੇ ਕਾਂਗਰਸ ਪੱਗ ਦੀ ਪੱਗ ਲੱਥ ਰਹੀ ਹੈ ਇੱਕ ਗੁਰਸਿੱਖ ਦੀ ਆਪ ਲਾ ਰਿਹਾ ਸਾਹਮਣੇ ਪੁਲਿਸ ਖਲੋਤੀ ਇਹਨਾਂ ਨੂੰ ਉਹ ਨਹੀਂ ਦਿਖ ਰਿਹਾ ਕੱਲ ਗੈਂਗਸਟਰ ਸੀਐਮ ਸਾਹਿਬ ਦੇ ਸਵਾਗਤ 'ਚ ਆਏ ਅੰਦਰ ਮੈਂ ਫੋਟੋ ਦੇ ਕੇ ਆਇਆ ਇਹਨਾਂ ਨੂੰ ਉਹ ਨਹੀਂ ਦਿਖ ਰਿਹਾ ਅਤੇ ਉਹ ਆਪਦੇ ਫੇਰ ਦੋ ਵਜ਼ੀਰ ਪੁਲਿਸ ਉਹਨੂੰ ਸਕਾਟ ਕਰਕੇ ਆ ਰਹੀ ਆ ਜਦ ਤੁਹਾਨੂੰ ਦਿਸੀ ਕੁਛ ਨਹੀਂ ਰਿਹਾ ਤੁਸੀਂ ਇੱਥੇ ਮਜਬੂਰੀ ਬਣੀ ਪਈ ਆ ਕਿ ਜੇ ਮੈਂ ਐਕਸ਼ਨ ਲਊਂਗਾ ਓਐਸਡੀ ਸੰਧੂ ਦੇ ਖਿਲਾਫ ਤੇ ਮੇਰੀ ਬਦਲੀ ਹੋ ਜਾਣੀ ਹੈ ਤੇ ਅਸੀਂ ਕੈਂਡੀਡੇਟ ਨੂੰ ਅੱਜ ਆਪਣਾ ਇੱਥੇ ਥਾਣੇ ਆਏ ਸਾਂ ਕਿ ਅਸੀਂ ਆ ਕੇ ਤੁਹਾਡੇ ਅੱਗੇ ਆਪਣਾ ਅਰੈਸਟ ਸਾਡੀ ਪਾ ਲਓ ਅਸੀਂ ਤੁਹਾਡੇ ਅੱਗੇ ਸਬਮਿਟ ਹੁੰਦੇ ਹਾਂ ਵਰਕਰ ਨੂੰ ਤੰਗ ਪਰੇਸ਼ਾਨ ਕਰਨਾ ਧੀਆਂ ਭੈਣਾਂ ਨੂੰ ਗਾਲਾਂ ਕੱਢਣੀਆਂ ਲੋਕਾਂ ਦੇ ਕੰਧਾਂ ਦੀ ਟੱਪ ਕੇ ਜਲੀਲ ਕਰਨਾ ਕੰਮ ਬੰਦ ਹੋ You are watching NC7 News. To give advertisement for flash ad, video ad and paid stories on this channel, contact us on 9855858559.